ਗੁਜਰਾਤ ਦੇ ਇੱਕ ਸਵਾਮੀ ਦੇ ਪ੍ਰਵਚਨ ਅੱਜਕੱਲ ਸੋਸ਼ਲ ਮੀਡੀਆ ਉੱਪਰ ਆਮ ਘੁੰਮ ਰਹੇ ਹਨ ਅਤੇ 21ਵੀਂ ਸਦੀ ਵਿੱਚ ਮਨੂ ਦੇ ਉਸ ਪਛਾਣ ਖਿੱਚੂ ਵਿਧਾਨ ਦੇ ਝੰਡਾ ਬਰਦਾਰ ਲਾਣੇ ਦਾ ਇਹ ਸਵਾਮੀ ਔਰਤਾਂ ਬਾਰੇ ਜਿਸ ਸ਼ਰਮਨਾਕ ਤਰੀਕੇ ਨਾਲ ਬੇਫਜ਼ੂਲ ਦਲੀਲਾਂ ਦੇ ਰਿਹਾ ਹੈ ਉਹ ਸ਼ਰਮਸਾਰ ਕਰਨ ਵਾਲੀਆਂ ਹਨ। ਇਸ ਸਵਾਮੀ ਦੀ ਦਲੀਲ ਹੈ ਕਿ ਮਹਾਵਾਰੀ ਦੇ ਦਿਨਾਂ ਦੌਰਾਨ ਪਤੀਆਂ ਲਈ ਖਾਣਾ ਬਣਾਉਣ ਵਾਲੀਆਂ ਔਰਤਾਂ ਅਗਲੇ ਜਨਮ ਵਿੱਚ ਕੁੱਤੀਆਂ ਬਣ ਗਈਆਂ, ਜਦਕਿ ਉਹਨਾਂ ਦੇ ਹੱਥਾਂ ਦਾ ਖਾਣਾ ਖਾਣ ਵਾਲੇ ਮਰਦ ਬਲਦ ਵਜੋਂ ਪੈਦਾ ਹੋਣਗੇ। ਸਵਾਮੀ ਨਾਰਾਇਣ ਮੰਦਿਰ ਨਾਲ ਜੁੜੇ ਸਵਾਮੀ ਕ੍ਰਿਸ਼ਨਾ ਸਵਰੂਪ ਦਾਸ ਜੀ ਦੀ ਟਿੱਪਣੀ ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਹੈ। ਇਹ ਮੰਦਿਰ ਭੁੱਜ ਦੇ ਸ਼ਹਿਜਾਨੰਦ ਗਰਲਜ਼ ਇੰਸਟੀਚਿਊਟ ਨਾਮ ਦੇ ਉਸ ਕਾਲਜ ਨੂੰ ਚਲਾਉਂਦਾ ਹੈ ਜਿਸ ਦੀ ਪ੍ਰਿੰਸੀਪਲ ਅਤੇ ਹੋਰ ਮਹਿਲਾ ਸਟਾਫ ਨੇ ਇਹ ਵੇਖਣ ਲਈ 60 ਤੋਂ ਵੱਧ ਕੁੜੀਆਂ ਦੇ ਅੰਦਰੂਨੀ ਕੱਪੜੇ ਉਤਰਵਾਏ ਸਨ ਕਿ ਕਿਤੇ ਉਹਨਾਂ ਨੂੰ ਮਹਾਵਾਰੀ ਤਾਂ ਨਹੀਂ ਆਈ ਹੋਈ। ਗੁਜਰਾਤੀ ਜ਼ੁਬਾਨ ਵਿੱਚ ਵਾਇਰਲ ਹੋਈ ਸਵਾਮੀ ਦੀ ਵੀਡੀਓ ਕਲਿੱਪ ਵਿੱਚ ਸਵਾਮੀ ਕਹਿ ਰਿਹਾ ਹੈ ਕਿ ਪੱਕਾ ਹੈ ਕਿ ਉਹ ਪੁਰਸ਼ ਅਗਲੇ ਜਨਮ ਵਿੱਚ ਬੈਲ ਬਣਦੇ ਹਨ ਜੋ ਕਿ ਔਰਤਾਂ ਵੱਲੋਂ ਮਹਾਵਾਰੀ ਦੌਰਾਨ ਤਿਆਰ ਕੀਤਾ ਖਾਣਾ ਖਾਂਦੇ ਹਨ ਅਤੇ ਮੈਨੂੰ ਇਸ ਦੀ ਪਰਵਾਹ ਨਹੀਂ ਕਿ ਤੁਹਾਨੂੰ ਮੇਰੇ ਵਿਚਾਰ ਪਸੰਦ ਹਨ ਜਾਂ ਨਹੀਂ, ਪਰ ਇਹ ਸਭ ਕੁਝ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਜੇਕਰ ਮਹਾਵਾਰੀ ਦੌਰਾਨ ਮਹਿਲਾ ਆਪਣੇ ਪਤੀ ਲਈ ਭੋਜਨ ਤਿਆਰ ਕਰਦੀ ਹੈ ਤਾਂ ਉਹ ਪੱਕੇ ਤੌਰ ਤੇ ਅਗਲੇ ਜਨਮ ਵਿੱਚ ਕੁੱਤੀ ਵਜੋਂ ਜਨਮ ਲਵੇਗੀ। ਇੱਕ ਵਾਰ ਮਾਸਿਕ ਧਰਮ ਮ ਰਹੀ ਇਸਤਰੀ ਨਾ ਹੱਥੇ ਤੁਸੀਂ ਰੋਟਲਾ ਖਾਈ ਜਾਓ એટલે બીજો અવતાર બળદનો જ છે। હવે તમને જી લાગવો લાગે શાસ્ત્રની વાત છે, અને એક વાર સ્ત્રી જો પોતાના ઘરમાં પતિને જો માસિક ધર્મ મોહન જો રોટલો ખવડાવે બીજો અવતાર કૂતરીનો જ છે। હવે આ કઈ તો બધાને કડક લાગે, હરોળી પડે, અરે અમારે કૂતરી થવું પડશે, આ થવું પડશે। હવે આ ટકોર કરવી કે ન કરવી એમ કહું, મેં આ 10 વર્ષ પછી પહેલી વાર ટકોર કરી, મને સંતો ના પાડતા કે આ ધર્મની સિક્રેટ વાત મેં કહેવાય, કઈ નહીં તો ખબર જ પડતી। ਇਹ ਵਿਅਕਤੀ ਸਵਾਮੀ ਨਾਰਾਇਣ ਸੰਪਰਦਾ ਦੇ ਨਰ ਨਾਰਾਇਣ ਦੇਵਗਾੜੀ ਨਾਲ ਸੰਬੰਧਿਤ ਹੈ। ਇਸ ਸਵਾਮੀ ਨੇ ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣ ਲਈ ਆਖਦਿਆਂ ਕਿਹਾ ਕਿ ਔਰਤਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਮਹਾਵਾਰੀ ਦਾ ਸਮਾਂ ਤਪੱਸਿਆ ਕਰਨ ਵਾਂਗ ਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਇਹ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੈ, ਮੈਨੂੰ ਤੁਹਾਡੇ ਨਾਲ ਅਜਿਹੀਆਂ ਗੱਲਾਂ ਕਰਨਾ ਚੰਗਾ ਨਹੀਂ ਲੱਗਦਾ, ਪਰ ਮੈਂ ਤੁਹਾਨੂੰ ਚੌਕਸ ਕਰ ਰਿਹਾ ਹਾਂ, ਪੁਰਸ਼ਾਂ ਨੂੰ ਖਾਣਾ ਬਣਾਉਣਾ ਸਿੱਖਣਾ ਚਾਹੀਦਾ ਹੈ, ਇਹ ਤੁਹਾਡੀ ਮਦਦ ਕਰੇਗਾ। ਹਵੇ ਮਾਸਿਕ ਧਰਮ ਹੋਏ ਇਸਤਰੀ ਤੁਸੀਂ ਨਾਤ ਨਾਲ ਰੋਟਲਾ ਖਾਈ ਜਾਓ, એને ભાન નથી કે આ 3 દિવસ મારો આ ધર્મ છે, તપશ્ચર્યા છે એની। હવે આની બધી કેટલી તમને ડિટેલ વાતો કરવી, એક એક વસ્તુ કેટલી શાસ્ત્રની મર્યાદિત વાતો છે। આ મને ઘણી વખત સંકોચ થાય કે શું આ બધી ટકોર ટકોરની વાતો કરવી, પણ ક્યાં જાય ન કરી તો માટે ચેતો, પહેણતા પહેલા રસોઈ બનાવતા શીખી લો બધા, ધર્મ નિયમ તો પડાશે। ਇਸੇ ਦੌਰਾਨ 11 ਫਰਵਰੀ ਨੂੰ ਵਾਪਰੀ ਘਟਨਾ ਦੇ ਸੰਬੰਧ ਵਿੱਚ ਸ੍ਰੀ ਸਹਿਜਾਨੰਦ ਗਰਲਜ਼ ਇੰਸਟੀਚਿਊਟ ਦੀ ਪ੍ਰਿੰਸੀਪਲ, ਹੋਸਟਲ ਦੇ ਸੇਵਾਦਾਰ ਅਤੇ ਇੱਕ ਹੋਰ ਮਹਿਲਾ ਖਿਲਾਫ IPC ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਉਸ ਤੋਂ ਬਾਅਦ ਇਸ ਸਵਾਮੀ ਦੀ ਆਈ ਇਸ ਟਿੱਪਣੀ ਨੇ ਨਵਾਂ ਵਿਵਾਦ ਪਖਾ ਦਿੱਤਾ ਹੈ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।